ਇਹ ਜ਼ਿੰਦਗੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖੀ ਜਾਮਾ ਜਿਹੜਾ ਬੇਸ਼ੁਮਾਰ ਕੀਮਤੀ ਹੈ, ਇਹ ਜਾਮਾ ਪਰਵਰਦਿਗਾਰ ਉਹ ਸੱਚਾ ਮਾਲਕ ਸਾਨੂੰ ਬਖਸ਼ਦਾ। ਸਵਾਸਾਂ ਦੀ ਪੂੰਜੀ ਉਹ ਮਾਲਕ ਸਾਨੂੰ ਬਖਸ਼ਦਾ। ਚੰਗੇ ਕਰਮਾਂ ਦੇ ਲਈ, ਉਹਨੂੰ ਜਪਣ ਦੇ ਲਈ, ਲੋੜਵੰਦਾਂ ਦੀ ਮਨੁੱਖਤਾ ਦੀ ਸੇਵਾ ਲਈ, ਪਿਆਰ ਇਤਫਾਕ ਵੰਡਣ ਦੇ ਲਈ ਔਰ ਇੱਥੇ ਆਇਆ ਸਫਲ ਕਰਨ ਲਈ ਪਰਮਾਤਮਾ ਸਾਨੂੰ ਇਹ ਜੀਵਨ ਦਿੰਦਾ। ਅਕਸਰ ਕਈ ਥਾਵਾਂ ਤੇ ਮੈਂ ਗੱਲ ਕਹੀ ਹੈ ਕਿ ਇਸ ਸਵਾਸਾਂ ਵਾਲੀ ਪੂੰਜੀ ਨੂੰ ਐਵੇਂ ਨਾ ਗਵਾ, ਇਹ ਸਾਹਾਂ ਵਾਲੀ ਡੋਰ, ਇਹ ਸਾਹਾਂ ਵਾਲੀ ਮਾਲਾ ਬਹੁਤ ਕੀਮਤੀ ਹੈ ਔਰ ਇਹ ਸਵਾਸਾਂ ਦੀ ਪੂੰਜੀ ਬਹੁਤ ਥੋੜੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਇੱਕ ਮਨੁੱਖੀ ਜੂਨ ਇੱਦਾਂ ਦੀ ਹੈ, ਇੱਕ ਮਨੁੱਖੀ ਜਾਮਾ, ਇੱਕ ਇਨਸਾਨੀ ਜਾਮਾ ਇੱਦਾਂ ਦਾ ਜਿਹੜਾ ਧਨ ਕਮਾਉਂਦਾ, ਮਾਇਆ ਕਮਾਉਂਦਾ, ਮਨ ਭਾਉਂਦਾ ਖਾਂਦਾ, ਮਨ ਭਾਉਂਦਾ ਪਾਉਂਦਾ। 84 ਲੱਖ ਜੂਨਾਂ ਦੇ ਵਿੱਚੋਂ ਇੱਕ ਇਨਸਾਨੀ ਜਾਮਾ ਜਿਹੜਾ ਧਨ ਕਮਾਉਂਦਾ, ਮਨ ਭਾਉਂਦਾ ਖਾਂਦਾ, ਮਨ ਭਾਉਂਦਾ ਪਾਉਂਦਾ ਔਰ ਰੱਜਦਾ ਫੇਰ ਨਹੀਂ, ਸਬਰ ਫੇਰ ਨਹੀਂ। ਮਾਇਆ ਦਾ ਸਾਥ ਇਹਨਾਂ ਜ਼ਮੀਨਾਂ ਜਾਇਦਾਦਾਂ ਦਾ ਸਾਥ, ਇਹਨਾਂ ਕੋਠੀਆਂ ਕਾਰਾਂ ਦਾ ਸਾਥ, ਇਹਨਾਂ ਉੱਚੇ ਅਹੁਦਿਆਂ ਦਾ ਸਾਥ ਚੰਦ ਦਿਨਾਂ ਦਾ। ਜਦੋਂ ਚਿੱਠੀ ਆ ਗਈ ਨਾ, ਫਿਰ ਮੁੜ ਕੇ ਫਿਰ ਕੋਲ ਨਹੀਂ ਰੱਖਣਾ ਭੈਣ ਭਰਾਵਾਂ, ਪਲ ਵਿੱਚ ਜਾ ਦਫਨਾਉਣਾ, ਕੋਲ ਨਹੀਂ ਰੱਖਣਾ ਭੈਣ ਭਰਾਵਾਂ, ਪਲ ਵਿੱਚ ਜਾ ਦਫਨਾਉਣਾ, ਕੱਢੋ ਕੱਢੋ ਸਭ ਨੇ ਕਰਨੀ, ਫਿਰ ਬਹੁਤਾ ਟਾਈਮ ਨਹੀਂ ਲਾਉਣਾ, ਅੱਜ ਚੱਲਿਆ ਕੋਈ ਕੱਲ ਹੈ ਜਾਣਾ, ਜਾਣਾ ਵਾਰੋ ਵਾਰੀ ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ। ਪਰਮਾਤਮਾ ਦੇ ਘਰ ਦੇ ਵਿੱਚ, ਉਸ ਪਰਵਰਦਿਗਾਰ ਦੇ ਘਰ ਦੇ ਵਿੱਚ ਨਿਬੇੜਾ ਧਰਮਾਂ ਦਾ ਨਹੀਂ, ਨਿਬੇੜਾ ਕਰਮਾਂ ਦਾ ਹੋਣਾ।
ਕਦਰ ਉਹਨਾਂ ਦੀ ਪਊਗੀ ਉੱਥੇ ਅਮਲ ਜਿਨ੍ਹਾਂ ਦੇ ਭਾਰੀ। ਉਸ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਪਰਮਾਤਮਾ ਇਹ ਨਹੀਂ ਵੇਖਦਾ ਕਿ ਗਰੀਬ ਹੈ, ਪਰਮਾਤਮਾ ਨੇ ਇਹ ਨਹੀਂ ਵੇਖਣਾ ਕਿ ਕਿੰਨਾ ਕੁ ਅਮੀਰ ਹੈ, ਇਹ ਨਹੀਂ ਵੇਖਣਾ ਕਿ ਤੂੰ ਕਿੱਦਾਂ ਦਾ ਪਾਇਆ ਹੋਇਆ, ਕਿੱਦਾਂ ਦਾ ਲਾਇਆ ਹੋਇਆ, ਕਿੰਨਾ ਕੁਝ ਹੈ ਤੇਰੇ ਕੋਲ, ਇਹ ਨਹੀਂ। ਪਰਮਾਤਮਾ ਨੇ ਤੇਰੇ ਕੀਤੇ ਚੰਗੇ ਕਰਮਾਂ ਦਾ ਨਿਬੇੜਾ ਕਰਨਾ। ਕਈ ਵਾਰ ਮਨੁੱਖ ਹਉਮੈ ਹੰਕਾਰ ਦੇ ਵਿੱਚ ਆ ਕੇ, ਮੈਂ ਮੇਰੀ ਦੇ ਵਿੱਚ ਆ ਕੇ, ਈਰਖਾ ਚ ਆ ਕੇ, ਲਾਲਚ ਚ ਆ ਕੇ ਉਹ ਬਦੀਆਂ ਕਰ ਬਹਿੰਦਾ ਹੈ ਜਿਨ੍ਹਾਂ ਦਾ ਲੇਖਾ ਦੇਣਾ ਔਖਾ ਹੋ ਜਾਂਦਾ। ਅਕਲ ਦਾ, ਸ਼ਕਲ ਦਾ, ਜ਼ਮੀਨ ਦਾ, ਜਾਇਦਾਦ ਦਾ, ਕੋਠੀਆਂ ਦਾ, ਕਾਰਾਂ ਦਾ, ਉੱਚੇ ਅਹੁਦੇ ਦਾ, ਉੱਚੀ ਪਹੁੰਚ ਦਾ, ਤਕੜੇ ਸਰੀਰ ਦਾ, ਇਹਨਾਂ ਚੀਜ਼ਾਂ ਦਾ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ। ਉਮਰ ਗੁਜ਼ਰ ਜਾਂਦੀ ਹੈ, ਚੰਦ ਮਿੰਟਾਂ ਦੇ ਵਿੱਚ ਸਾਰਾ ਕੁਝ ਖੋ ਲੈਂਦਾ। ਰਾਜੇ ਨੂੰ ਰੰਕ, ਰੰਕ ਨੂੰ ਰਾਜਾ ਬਣਾਉਂਦੇ ਉਹ ਮਾਲਕ, ਉਹ ਡਾਢਾ ਰੱਬ ਸਮਾਂ ਨਹੀਂ ਲਾਉਂਦਾ। ਜਦੋਂ ਨਜ਼ਰ ਸਵੱਲੀ ਹੁੰਦੀ ਹੈ ਨਾ, ਕੱਖਾਂ ਤੋਂ ਲੱਖਾਂ ਤੇ ਲੈ ਜਾਂਦਾ। ਜਦੋਂ ਨਜ਼ਰ ਫੇਰਦਾ ਹੈ ਨਾ, ਲੱਖਾਂ ਤੋਂ ਕੱਖਾਂ ਤੇ ਲੈ ਆਉਂਦਾ। ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ, ਪਰਮਾਤਮਾ ਦੇ ਓਟ ਆਸਰੇ 'ਚ ਰਹਿ ਕੇ, ਸਬਰ ਅਤੇ ਸ਼ੁਕਰ ਦੇ ਨਾਲ ਆਪਣੇ ਜੀਵਨ ਨੂੰ ਨਾਮ ਜਪ ਕੇ, ਕਿਰਤ ਕਰਕੇ, ਹੱਕ ਅਤੇ ਸੱਚ 'ਤੇ ਚੱਲ ਕੇ, ਨੇਕੀਆਂ ਕਰਕੇ ਆਪਣੇ ਜੀਵਨ ਨੂੰ ਬਤੀਤ ਕਰ, ਉਹ ਮਾਲਕ, ਉਹ ਡਾਢਾ ਰੱਬ ਐਡੀ ਰਹਿਮਤ ਕਰਨ ਵਾਲਾ ਹੈ ਕਿ ਜਦੋਂ ਤੇਰੇ 'ਤੇ ਉਹਨੇ ਬਖਸ਼ਿਸ਼ ਕੀਤੀ, ਤੇਰਾ ਲੋਕ ਪਰਲੋਕ ਸੁਹੇਲਾ ਕਰ ਦੇਣਾ। ਲੋਕ ਪਰਲੋਕ ਦੇ ਸੁੱਖ ਬਖਸ਼ ਦਿੰਦਾ ਹੈ ਉਹ ਸੱਚਾ ਮਾਲਕ ਜਦੋਂ ਮਿਹਰ ਕਰਨ 'ਤੇ ਆਉਂਦਾ। ਜਦੋਂ ਬਖਸ਼ਣ 'ਤੇ ਆਉਂਦਾ ਹੈ ਨਾ, ਅਤੇ ਵੱਡੇ ਵੱਡਿਆਂ ਨੂੰ ਬਖਸ਼ ਦਿੰਦਾ, ਜਦੋਂ ਮਿਹਰ ਕਰਨ 'ਤੇ ਆਉਂਦਾ। ਬਾਬਾ ਜੀ, ਇਹ ਮਾਇਆ ਜਦੋਂ ਆਉਂਦੀ ਹੈ ਨਾ ਤੇ ਇਨਸਾਨ ਨੂੰ ਰੱਬ ਭੁਲਾ ਦਿੰਦੀ ਹੈ, ਜਦੋਂ ਜਾਂਦੀ ਹੈ ਨਾ ਫਿਰ ਐਸਾ ਚਪੇੜ ਮਾਰ ਕੇ ਜਾਂਦੀ ਹੈ ਕਿ ਮੁੜ ਕੇ ਇਨਸਾਨ ਕਦੇ ਕਾਮਯਾਬ ਨਹੀਂ ਹੁੰਦਾ। ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਪਿਆਰ ਇਤਫਾਕ ਰੱਖੋ। ਆਪਣੇ ਪਾ ਪੜੋਸ ਦੇ ਵਿੱਚ, ਆਪਣੇ ਨਗਰ ਦੇ ਵਿੱਚ ਹਮੇਸ਼ਾ
ਰਲ ਕੇ ਰਹੋ, ਸਤਿਕਾਰ ਨਾਲ ਰਹੋ। ਕਿਉਂ? ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਨਸਾਨ ਇਸ ਧਰਤੀ ਦੇ ਉੱਤੇ ਇੱਕ ਮੁਸਾਫਰ ਦੀ ਤਰ੍ਹਾਂ ਹੈ, ਚੰਦ ਦਿਨਾਂ ਦਾ ਪ੍ਰਾਹੁਣਾ ਹੈ, ਮੁੜ ਕੇ ਮਿੱਟੀ ਦੇ ਵਿੱਚ ਮਿੱਟੀ, ਫਿਰ ਮਿੱਟੀ ਦੇ ਪੁਤਲੇ, ਮਿੱਟੀ ਦੇ ਪੁਤਲੇ, ਮਿੱਟੀ ਦੇ ਘਰ ਬਾਰ, ਮਿੱਟੀ ਮਿੱਟੀ ਸੰਗ ਲੜਦੀ, ਮਿੱਟੀ ਦੇ ਹਥਿਆਰ, ਮਿੱਟੀ ਮਿੱਟੀ ਨੂੰ ਮਾਰਦੀ, ਉਹ ਮਿੱਟੀ ਤੇ ਸਵਾਰ, ਤੂੰ ਵੀ ਮਿੱਟੀ ਮੈਂ ਵੀ ਮਿੱਟੀ, ਇਹ ਮਿੱਟੀ ਕੁੱਲ ਸੰਸਾਰ, ਇਹ ਮਿੱਟੀ ਕੁੱਲ ਸੰਸਾਰ। ਆ ਜਿਹੜਾ ਸਰੀਰ ਹੈ ਨਾ, ਇਹ ਸਰੀਰ ਵੀ ਇੱਕ ਕਿਰਾਏ ਦਾ ਮਕਾਨ ਚੱਕੀ ਫਿਰਦਾ, ਜਿਹਦੇ ਬਲ ਤੇ, ਜਿਸ ਸਰੀਰ ਦਾ ਮਾਣ ਕਰਕੇ ਬਹਿ ਗਿਆ ਉਹ ਭਾਈ ਇੱਕ ਕਿਰਾਏ ਦਾ ਮਕਾਨ ਆ। ਚੰਦ ਮਿੰਟਾਂ ਦੇ ਵਿੱਚ, ਚੰਦ ਮਿੰਟਾਂ ਦੇ ਵਿੱਚ ਜ਼ਿੰਦਗੀਆਂ ਗੁਜ਼ਰ ਜਾਂਦੀਆਂ ਨੇ, ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਗਦਾ, ਚੰਦ ਮਿੰਟਾਂ ਦੇ ਵਿੱਚ ਜ਼ਿੰਦਗੀਆਂ ਗੁਜ਼ਰ ਜਾਂਦੀਆਂ। ਤਕੜੇ ਤੋਂ ਤਕੜੇ ਸਰੀਰ ਦਾ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਨਾ, ਜਾਂ ਕੋਈ ਡਾਕਟਰ, ਡਾਕਟਰ ਤੋਂ ਕੋਈ ਰਿਪੋਰਟ ਹੁੰਦੀ ਹੈ, ਉਹ ਡਾਕਟਰ ਕਹਿ ਦਿੰਦਾ ਭਾਈ ਤੇਰੀਆਂ ਸਾਰੀਆਂ ਰਿਪੋਰਟਾਂ ਠੀਕ ਨੇ, ਸਾਰਾ ਕੁਛ ਨੋਰਮਲ ਆ। ਉਹ ਸਾਰਾ ਕੁਛ ਨੋਰਮਲ ਉਹਨਾਂ ਚਿਰ ਹੈ ਜਿੰਨਾ ਚਿਰ ਉਹਦੀ ਨਜ਼ਰ ਹੈ। ਜਦੋਂ ਨਜ਼ਰ ਹਟ ਗਈ ਨਾ, ਫਿਰ ਨੋਰਮਲ ਵੀ ਨੋਰਮਲ ਨਹੀਂ ਰਹਿੰਦਾ, ਫਿਰ ਚੰਦ ਮਿੰਟਾਂ ਦੇ ਵਿੱਚ ਜ਼ਿੰਦਗੀਆਂ ਗੁਜ਼ਰ ਜਾਂਦੀਆਂ ਨੇ। ਜ਼ਿੰਦਗੀ ਬਹੁਤ ਕੁਛ ਇਨਸਾਨ ਨੂੰ ਸਿਖਾਉਂਦੀ ਹੈ। ਅਕਸਰ ਕਹਿਣਾ ਹੁੰਦਾ ਜੇ ਕੋਈ ਤੁਹਾਡੀ ਬੁਰਾਈ ਵੀ ਕਰਦਾ, ਤੁਹਾਡੀ ਨਿੰਦਿਆ ਕਰਦਾ, ਤੁਹਾਡੇ ਬਾਰੇ ਮਾੜਾ ਬੋਲਦਾ, ਹੱਸ ਕੇ ਟਾਲ ਦਿਆ ਕਰੋ, ਕਿਉਂਕਿ ਉੱਪਰ ਬੈਠਾ ਮਾਲਕ ਹੈ ਨਾ ਜਿਹੜਾ, ਉਹ ਸਭ ਬਾਰੇ ਜਾਣਦਾ, ਉਹ ਤੋਂ ਕੁਝ ਨਹੀਂ ਲੁਕਿਆ। ਜੇ ਕਿਸੇ ਨੂੰ ਤਪਾਉਣਾ ਤੇ ਇੱਕ ਦਿਨ ਕੋਈ ਤੈਨੂੰ ਵੀ ਤਪਾਉਣ ਵਾਲਾ ਹੋ, ਜੇ ਕਿਸੇ ਨੂੰ ਰਵਾਉਣਾ, ਅਥਰੂ ਦੇਣਾ, ਤਾਂ ਇੱਕ ਦਿਨ ਤੇਰੀਆਂ ਅੱਖਾਂ ਦੇ ਵਿੱਚ ਵੀ ਅੱਥਰੂ ਹੋਣਗੇ। ਅੱਜ ਜੇ ਕਿਸੇ ਦੇ ਅੱਗੇ ਕੰਡੇ ਬੀਜਦਾ, ਕੱਲ ਨੂੰ ਤੇਰੇ ਅੱਗੇ ਕੋਈ ਕੰਚ ਬੀਜਣ ਵਾਲਾ ਵੀ ਆਊਗਾ। ਅੱਜ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਬਣਾਉਣਾ, ਕੱਲ ਨੂੰ ਸਮਾਂ ਐਦਾਂ ਦਾ ਬਲਵਾਨ ਹੈ, ਕੱਲ ਨੂੰ ਤੇਰੇ ਧੀ ਪੁੱਤ ਦਾ ਵੀ ਮਜ਼ਾਕ ਬਣਾਉਣ ਵਾਲਾ ਹੋਊ।
ਇਸ ਸੰਸਾਰ ਦੇ ਵਿੱਚ ਆਪੋ ਆਪਣੇ ਕਰਮਾਂ ਦਾ ਨਿਬੇੜਾ, ਆਪੋ ਆਪਣੇ ਕੀਤੇ ਕਰਮਾਂ ਦਾ ਨਿਬੇੜਾ ਇਨਸਾਨ ਨੂੰ ਦੇ ਕੇ ਜਾਣਾ ਪੈਣਾ। ਇੱਥੇ ਸਵਰਗ ਹੈ, ਇੱਥੇ ਨਰਕ ਹੈ। ਜਿਹੜੀਆਂ ਸੱਚਖੰਡ ਵਾਲੀਆਂ ਰੂਹਾਂ ਨੇ ਸੰਸਾਰ 'ਚ ਤਾਂ ਵਿਰਲੀਆਂ ਨੇ। ਮਹਾਂਪੁਰਖ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੱਚਖੰਡ ਵਾਸੀ, ਜਿਨ੍ਹਾਂ ਨੇ ਚੁੱਪ 'ਚ ਦੁਨੀਆ ਤਾਰ। ਜਦੋਂ ਮਿਹਰ ਕਰਨ 'ਤੇ ਆਉਂਦੇ ਨੇ ਨਾ, ਜਦੋਂ ਮਹਾਂਪੁਰਖਾਂ ਦੀ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ ਨਾ, ਤੇ ਫਿਰ ਬੰਜਰਾਂ ਨੂੰ ਵੀ ਭਾਗ ਲਾ ਦਿੰਦੇ ਨੇ। ਸਾਧੂ ਕੀ ਮਹਿਮਾ ਵੇਦ ਨਾ ਜਾਣੇ। ਜਦੋਂ ਮਿਹਰ ਕਰਨ 'ਤੇ ਆਉਂਦੇ ਨੇ, ਜਦੋਂ ਬਖਸ਼ਿਸ਼ ਕਰਨ 'ਤੇ ਆਉਂਦੇ ਨੇ ਨਾ, ਤੇ ਫਿਰ 12-12 ਸਾਲ ਦੇ ਡੁੱਬਿਆਂ ਦੇ ਬੇੜੇ ਵੀ ਤਾਰ ਦਿੰਦੇ ਨੇ। ਜਦੋਂ ਕਿਰਪਾ ਕਰਨ 'ਤੇ ਆਉਂਦੇ ਨੇ, ਬਖਸ਼ਿਸ਼ ਕਰਨ 'ਤੇ ਆਉਂਦੇ ਨੇ। ਬਖਸ਼ਿਸ਼ ਉੱਥੇ ਹੀ ਹੁੰਦੀ ਹੈ ਜਿਨ੍ਹਾਂ ਦੀ ਸੁਰਤੀ, ਜਿਨ੍ਹਾਂ ਦੀ ਬਿਰਤੀ ਪਰਮਾਤਮਾ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ, ਪਰਮਾਤਮਾ ਦੇ ਭਾਣੇ 'ਚ ਰਹਿੰਦੀ ਹੈ। ਉੱਥੇ ਫਿਰ ਮਿਹਰਾਂ ਦੇ ਮੀਂਹ ਵਰਸਦੇ ਨੇ, ਬਖਸ਼ਿਸ਼ਾਂ ਦੇ ਬਖਸ਼ਿਸ਼ਾਂ ਹੁੰਦੀਆਂ ਨੇ, ਕਰਮ ਨਿਵਾਸ ਦੀਆਂ ਹੁੰਦੀਆਂ।